ਕਰੀਬ ਅਸੀਂ 10:30 ਵਜੇ ਜਣੇ ਘਰੋਂ ਨਿਕਲੇ ਹਾਂ ਜੀ। ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ, ਇਸ ਤੋਂ ਬਾਅਦ ਹੋਇਆ ਤਾਂ ਮੈਨੂੰ, ਮੈਂ ਉੱਥੇ ਖੰਡਪਾਟ ਸਾਹਿਬ ਦਾ ਭੋਗ ਪਿਆ ਅਰਦਾਸ ਬੇਨਤੀ ਹੋਣ ਦੇ ਹੀ, ਉਹਦੇ ਵਿੱਚ ਹੀ ਮੈਨੂੰ ਫੋਨ ਗਿਆ ਸਾਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ। ਇਹ ਕੋਈ 1:30 ਵਜੇ ਦੀ ਗੱਲ ਆ ਜੀ, ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਅਤੇ ਉਹ ਗੇਟ ਖੜਕਾਉਣ ਡਿਆ ਸੀ ਅਤੇ ਉਹਨੇ ਗੇਟ ਦੇ ਅੰਦਰ ਵੇਖਿਆ ਅਤੇ ਦਰਵਾਜ਼ੇ ਸਾਰੇ ਖੁੱਲ੍ਹੇ ਸੀ। ਤੇਜਵੀਰ ਸਿੰਘ, ਹਾਥੀ ਗੇਟ ਬਾਹਰ ਵਾਲਾ, ਹਾਥੀ ਗੇਟ ਬੈਂਕ ਦੇ ਸਾਹਮਣੇ ਜੀ। ਮੈਂ ਭੋਗ 'ਤੇ ਗਿਆ ਜੀ ਕੋਈ 10:30 ਵਜੇ ਨਾ ਜੀ, ਮੇਰੀ ਭੂਆ ਜੀ ਡੈਥ ਹੋਈ ਸੀ ਅਤੇ ਅੱਜ ਭੋਗ ਹੀ ਮਸਾਣੀਆ ਪਿੰਡ, ਮੈਂ ਅਤੇ ਮੇਰੀ ਬੇਟੀ ਅਤੇ ਮੇਰੀ ਵਾਈਫ ਚਲ ਗਏ ਜੀ। ਕਰੀਬ ਅਸੀਂ 10:30 ਵਜੇ ਜਣੇ ਘਰੋਂ ਨਿਕਲੇ ਜੀ। ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ, ਇਸ ਤੋਂ ਬਾਅਦ ਹੋਇਆ ਤਾਂ ਮੈਨੂੰ, ਮੈਂ ਉੱਥੇ ਖੰਡਪਾਟ ਸਾਹਿਬ ਦਾ ਭੋਗ ਪਿਆ ਅਰਦਾਸ ਬੇਨਤੀ ਹੋਣ ਦੇ ਹੀ, ਉਹਦੇ ਵਿੱਚ ਹੀ ਮੈਨੂੰ ਫੋਨ ਗਿਆ ਸਾਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ। ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਹ ਖਲਾਰਾ ਪਿਆ ਜੀ, ਜਿੱਥੋਂ ਪਤਾ ਲੱਗਾ ਆ ਕੇ ਚੈੱਕ ਕੀਤਾ, ਜਿੰਨਾ ਹੀ ਸੋਨਾ ਬਣਾਇਆ ਸੀ ਆਪਣੀ ਬੇਟੀ ਵਾਸਤੇ, ਜੋ ਵੀ ਸਾਡਾ ਘਰ ਦਾ ਸੋਨਾ ਸੋਨਾ ਸੀ ਸਾਰਾ ਲੈ ਗਏ ਵੀ ਕਿ ਸੋਨੇ ਦੀਆਂ ਚੈਨਾਂ ਕੜੇ ਸੀ। ਹੁਣ ਡਿਟੇਲ 'ਤੇ ਨਹੀਂ, ਡਿਟੇਲ 'ਤੇ ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ ਜੀ, ਤਕਰੀਬਨ ਕੋਈ 5 ਕੁ ਲੱਖ ਦੇ ਕਰੀਬ, 4-5 ਲੱਖ ਨਕਦੀ ਗਈ ਹੈ ਜੀ, ਹੋਰ ਕੋਈ ਐਵੇਂ ਬਹੁਤੀ ਨਹੀਂ, ਜ਼ਿਆਦਾ ਨਹੀਂ, 25-30 ਹਜ਼ਾਰ ਰੁਪਈਆ ਲੱਗ ਗਿਆ। ਘਟਨਾ ਸਾਰੀ ਮੈਂ ਤਾਂ 10:30 ਵਜੇ ਗਿਆ ਜੀ, ਇਸ ਤੋਂ ਬਾਅਦ ਦੀ ਘਟਨਾ ਹੁਣ ਦਾ ਟਾਈਮ ਲੈ ਤਾਂ ਉਹਦੇ ਵਿੱਚ ਗਾਰ ਹੀ ਹੋਈ ਵੀ 11:00 ਵਜੇ ਤੋਂ ਲੈ ਕੇ 12:00 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ। ਕੰਪਲੇਂਟ ਦਿੱਤੀ ਹੈ ਜੀ, ਅਜੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ। CCTV ਆ ਗਿਆ ਜੀ, ਉਹ ਆ ਕੇ ਪੁਲਿਸ ਵੇਖੇਗੀ ਜੀ, ਬੈਂਕ ਦੇ ਵੀ ਆ ਗਿਆ ਸਾਹਮਣੇ, ਹੋਰ ਕੋਈ ਵੀ ਨਹੀਂ ਘਰ ਜੀ, ਘਰ ਬੰਦ ਸੀ ਜੀ, ਬਾਹਰੋਂ ਤਾਲਾ ਲਾ ਕੇ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਕਰਕੇ ਘਰ। ਮੈਂ ਸਤਨਾਮ ਸਿੰਘ ਜੀ, ਹਾਥੀ ਗੇਟ ਬਟਾਲਾ ਜੀ। ਇਹ ਕੋਈ 1:30 ਵਜੇ ਦੀ ਗੱਲ ਆ ਜੀ, ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਅਤੇ ਉਹ ਗੇਟ ਖੜਕਾਉਣ ਡਿਆ ਸੀ ਅਤੇ ਉਹਨੇ ਗੇਟ ਦੇ ਅੰਦਰ ਵੇਖਿਆ ਅਤੇ ਦਰਵਾਜ਼ੇ ਸਾਰੇ ਖੁੱਲ੍ਹੇ ਸੀ ਅਤੇ ਉਹਨੇ ਰੌਲਾ ਰੌਲਾ ਪਾਇਆ। ਅਸੀਂ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਹੈ ਨਹੀਂ, ਭੋਗ 'ਤੇ ਗਏ ਇਹ ਤੋਂ ਪਹਿਲਾਂ ਕੋਈ 15-20 ਦਿਨ ਹੋ ਗਏ ਆ। ਇੱਥੇ ਅਮਰੀਕ ਸਿੰਘ ਆ ਖਾਦ ਵਾਲਾ, ਉਹਦੇ ਘਰ ਵੀ ਚੋਰੀ ਹੋਈ ਆ ਕਾਫੀ, ਉਹਦੇ ਵਿਚਾਰੇ ਦੇ ਸੋਨਾ ਸਾਣਾ ਪੈਸੇ ਵੀ ਲੈ ਗਏ ਆ, ਪਰ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ, ਕਿਸੇ ਬੰਦੇ ਨੂੰ ਨਹੀਂ ਫੜਿਆ। ਕੋਈ ਬੰਦਾ ਇੱਥੋਂ ਦਾ ਭੇਤੀ ਆ ਜੀ, ਬਾਹਰ ਦਾ ਬੰਦਾ ਕੋਈ ਹੈ ਨਹੀਂ ਗਾ ਜਿਹੜਾ ਕੋਈ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ। ਫਿਰ ਇੱਥੇ ਉਹ ਪਰਾਂ ਬਾਲਮੀਕੀਆਂ ਦੇ ਇੱਕ ਗੱਡੀ ਵੀ ਗਈ ਹੈ ਜੀ, ਆਪਣੇ ਵੈਗਨਰ ਗੱਡੀ, ਇੱਥੇ ਆ ਇੱਕ ਭਾਟੀਆ ਕਰਿਆਨੇ ਵਾਲਾ। ਇਹਨਾਂ ਦਾ ਸੋਨਾ ਹੀ ਗਿਆ, ਦੇਖੋ 25-30 ਹਜ਼ਾਰ ਰੁਪਈਆ ਗਿਆ ਜੀ ਸੋਨਾ, ਇਹਨਾਂ ਨੇ ਆਪਣੀ ਗੁੜੀਆ ਵਾਸਤੇ ਬਣਾਇਆ ਸੀ, ਗੁੜੀਆ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ, ਜਿੱਦਾਂ ਕੋਈ ਕੰਨਾਂ ਦੇ ਕੋਈ ਬਣਾ ਲਿਆ, ਕੋਈ ਚੈਨ ਬਣਾ ਲਈ, ਕੋਈ ਕੜਾ ਬਣਾ ਲਿਆ, ਕੋਈ ਇਹੋ ਜਿਹਾ ਕੋਈ ਸੋਨਾ ਸੀ, ਉਹ ਸਾਰਾ ਕੁਝ ਲੈ ਗਿਆ ਜੀ। ਮੰਗ ਰੱਖਦੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ, ਇਨਸਾਫ ਹੋਣਾ ਚਾਹੀਦਾ ਬਿਲਕੁਲ। ਇਹ ਥੋੜ੍ਹੀ ਗੱਲ ਹੈ ਵੀ ਤਾਂ ਦੂਜੇ ਤੀਜੇ ਦਿਨ ਚੋਰੀ ਹੋ ਗਈ, ਪੁਲਿਸ ਕੋਈ ਕਾਰਵਾਈ ਨਹੀਂ ਕਰਨ ਡਈ। ਸਰ, ਸਾਨੂੰ ਸਭ ਤੋਂ ਪਹਿਲਾਂ ਤਾਂ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਹ ਮਿਲੀ ਹੈ ਕਿ ਤੇਜਵੀਰ ਸਿੰਘ ਸਨ ਆਫ ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ, ਇੱਥੇ ਮਤਲਬ ਹੈ ਕਿਤੇ ਬਾਹਰ ਗਏ ਹੋਏ ਸੀਗੇ ਅਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕੋਲੋਂ ਚੋਰੀ ਕਰ ਲਈ ਹੈ, ਜਿਹਦੇ ਵਿੱਚ ਤਕਰੀਬਨ 6-7 ਤੋਲੇ ਸੋਨਾ ਅਤੇ ਪਲੱਸ 20,000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਹਨਾਂ ਤੋਂ ਖਬਰ ਮਿਲੀ ਹੈ ਅਤੇ ਆਸ ਪਾਸ ਲੱਗੇ ਹੋਏ ਕੈਮਰਿਆਂ ਤੋਂ ਆਪਾਂ ਜਾਂਚ ਕਰਾਂਗੇ
ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ। ਸਰ ਇਹ ਤਾਂ ਹੁਣ ਡਿਪੈਂਡ ਕਰਦਾ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਆਪਾਂ ਕੈਮਰੇਜ ਚੈੱਕ ਕਰਾਂਗੇ, ਜੇ ਤਾਂ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ, ਫਿਰ ਤਾਂ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਚੋਰਾਂ ਦਾ ਪਤਾ ਲੱਗ ਸਕੇ, ਅਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ, ਫਿਰ ਤੁਹਾਨੂੰ ਬਹੁਤ ਜਲਦ ਅਸੀਂ ਦੱਸ ਦਾਂਗੇ।